ਤੁਸੀਂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਪੜ੍ਹੋ। ਮਹਾਰਾਜ ਕਹਿੰਦੇ ਨੇ ਦੁਨੀਆਂ ਦਾ ਹਰ ਬੰਦਾ ਮੌਤ ਤੋਂ ਡਰਦਾ ਹੈ, ਦੁਨੀਆਂ ਦਾ ਹਰ ਬੰਦਾ ਮਰਨ ਤੋਂ ਡਰਦਾ ਹੈ। ਜਦੋਂ ਆਪਾਂ ਪਾਵਨ ਬਾਣੀ ਪੜ੍ਹਦੇ ਹਾਂ, ਪਾਵਨ ਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ ਹੈ। ਮਹਾਰਾਜ ਕਹਿੰਦੇ ਨੇ ਮਰਨਾ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਈ। ਦੁਨੀਆਂ ਦਾ ਹਰ ਬੰਦਾ ਮਰਨ ਤੋਂ ਡਰਦਾ ਹੈ, ਦੁਨੀਆਂ ਦਾ ਹਰ ਬੰਦਾ ਮੌਤ ਤੋਂ ਡਰਦਾ ਹੈ। ਹਰ ਬੰਦਾ ਜਿਉਣਾ ਚਾਹੁੰਦਾ ਹੈ, ਹਰ ਬੰਦਾ ਲੰਮੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ। ਵੇਖੋ ਜੀ, ਮੈਂ ਬੇਨਤੀ ਕਰਾਂ, ਕਿਸੇ 90 ਸਾਲ ਦੇ 100 ਸਾਲ ਦੇ ਬਜ਼ੁਰਗ ਨੂੰ ਪੁੱਛ ਕੇ ਵੇਖੋ ਵੀ ਬਾਪੂ ਜੀ ਤੁਹਾਡਾ ਮਰਨ ਨੂੰ ਦਿਲ ਕਰਦਾ ਹੈ, ਬਾਪੂ ਜੀ ਤੁਹਾਡਾ ਇਸ ਸੰਸਾਰ ਤੋਂ ਜਾਣ ਨੂੰ ਦਿਲ ਕਰਦਾ ਹੈ, ਤੇ ਉਹ ਬਜ਼ੁਰਗ ਦਾ ਜਵਾਬ ਪਤਾ ਕੀ ਹੋਵੇਗਾ? ਉਹ ਕਵੇਗਾ, ਨਾ ਭਾਈ, ਮੇਰਾ ਮਰਨ ਨੂੰ ਦਿਲ ਨਹੀਂ ਕਰਦਾ, ਮੇਰਾ ਇਹ ਸੰਸਾਰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ। ਕਿਉਂ ਬਾਪੂ ਜੀ? 90 ਸਾਲ ਜ਼ਿੰਦਗੀ ਭੋਗ ਲਈ, 100 ਸਾਲ ਜ਼ਿੰਦਗੀ ਭੋਗ ਲਈ, ਅਜੇ ਵੀ ਤੁਸੀਂ ਕਹਿੰਦੇ ਹੋ ਕਿ ਇਹ ਸੰਸਾਰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ। ਤੇ ਮਾਫ ਕਰਨਾ ਜੀ, ਉਸ ਬਜ਼ੁਰਗ ਦਾ ਜਵਾਬ ਪਤਾ ਕੀ ਹੋਵੇਗਾ? ਉਹ ਬਜ਼ੁਰਗ ਇਹ ਗੱਲ ਕਵੇਗਾ, ਇਹ ਸੰਸਾਰ, ਇਹ ਧੀਆਂ ਪੁੱਤਰ, ਇਹ ਪੋਤੇ ਪੋਤਰੀਆਂ, ਇਹ ਦੋਤੇ ਦੋਤਰੀਆਂ ਬੜੇ ਪਿਆਰੇ ਲੱਗਦੇ ਨੇ, ਇਸ ਕਰਕੇ ਇਹ ਸੰਸਾਰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ। ਜਿਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਮਾਫ ਕਰਨਾ ਜੀ, ਆਹ ਜਿਹੜੀਆਂ ਸਾਡੀਆਂ ਅੱਖਾਂ ਨੇ ਨਾ, ਇਸ ਸੰਸਾਰ ਦੇ ਰੰਗ ਤਮਾਸ਼ੇ ਵੇਖ ਕੇ ਰੱਜਦੀਆਂ ਨਹੀਂ। ਭਾਵੇਂ ਬੰਦੇ ਦੀ ਉਮਰ 100 ਸਾਲ ਹੋ ਜਾਵੇ ਤੇ ਭਾਵੇਂ 150 ਸਾਲ ਹੋ ਜਾਵੇ, ਇਹ ਜਿਹੜੀਆਂ ਸਾਡੀਆਂ ਅੱਖਾਂ ਨੇ, ਇਸ ਸੰਸਾਰ ਦੇ ਰੰਗ ਤਮਾਸ਼ੇ ਵੇਖ ਕੇ ਨਹੀਂ ਰੱਜਦੀਆਂ। ਭਾਈ ਗੁਰਦਾਸ ਸਾਹਿਬ ਕਹਿੰਦੇ, ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਬਾਗਾ ਵਾਲਿਓ, ਆਹ ਜਿਹੜੇ ਸਾਡੇ ਕੰਨ ਨੇ ਨਾ, ਇਹ ਨਹੀਂ ਰੱਜਦੇ ਆਪਣੀ ਉਸਤਤ ਸੁਣ ਕੇ ਤੇ ਦੂਸਰੇ ਦੀ ਨਿੰਦਿਆ ਚੁਗਲੀ ਸੁਣ ਕੇ। ਇਹੋ ਗੱਲ ਭਾਈ ਗੁਰਦਾਸ ਸਾਹਿਬ ਕਹਿੰਦੇ, ਕਹਿੰਦੇ ਕਿਉਂ ਨੀ ਸੰਸਾਰ ਛੱਡ ਕੇ ਜਾਣ ਨੂੰ ਜੀ ਕਰਦਾ? ਸਾਦੀ ਜੀਵ ਨਾ ਰੱਜੀਆਂ ਕਰ ਭੋਗ ਬਿਲਾਸੇ। ਤੇ ਅੰਤ ਦੇ ਵਿੱਚ ਭਾਈ ਗੁਰਦਾਸ ਸਾਹਿਬ ਕਹਿੰਦੇ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਭਾਸੇ। ਭਾਗਾ ਵਾਲਿਓ, ਬੰਦੇ ਦੀ ਉਮਰ 100 ਸਾਲ ਹੋ ਜਾਵੇ, 150 ਸਾਲ ਹੋ ਜਾਵੇ, 200 ਸਾਲ ਹੋ ਜਾਵੇ, ਕੋਈ ਵੀ ਬੰਦਾ ਇਹ ਗੱਲ ਨਹੀਂ ਕਹਿੰਦਾ ਕਿ ਮੇਰਾ ਸੰਸਾਰ ਛੱਡ ਕੇ ਜਾਣ ਨੂੰ ਜੀ ਕਰਦਾ ਜਾਂ ਮੇਰਾ ਮਰਨ ਨੂੰ ਜੀ ਕਰਦਾ। ਮਹਾਰਾਜ ਕਹਿੰਦੇ, ਸਾਰਾ ਸੰਸਾਰ ਮੌਤ ਤੋਂ ਡਰਦਾ ਹੈ, ਸਾਰਾ ਸੰਸਾਰ ਮਰਨ ਤੋਂ ਡਰਦਾ ਹੈ, ਹਰ ਬੰਦਾ ਲੰਮੀ ਜ਼ਿੰਦਗੀ ਜਿਉਣੀ ਚਾਹੁੰਦਾ ਹੈ।